ਜਲੰਧਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲਾਂਬੜਾ ਪੁਲਿਸ ਵੱਲੋਂ ਇੱਕ ਲੁਟੇਰਾ ਗਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੁੱਟਖੋ ਅਤੇ ਚੋਰੀ ਦੇ 6 ਮੋਟਰਸਾਈਕਲ, 26 ਮੋਬਾਈਲ ਫੋਨ, 1 ਜੋੜੀ ਵਾਲੀਆਂ ਅਤੇ 2 ਦਾਤ ਬਰਾਮਦ ਕੀਤੇ ਗਏ। ਕਾਬੂ ਕੀਤੇ ਗਏ ਮੁਲਜ਼ਮਾਂ ਵੱਲੋਂ ਵੱਖ-ਵੱਖ ਸਥਾਨਾਂ ਉੱਤੇ ਕੀਤੀਆਂ 27 ਵਾਰਦਾਤਾਂ ਦਾ ਵੀ ਖੁਲਾਸਾ ਹੋ ਗਿਆ। ਇਸ ਸਬੰਧੀ SSP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਪੁਲਿਸ ਪਾਰਟੀ ਵੱਲੋਂ ਪਿੰਡ ਰਾਮਪੁਰ ਦੇ ਚੌਕ ਨੇੜੇ ਨਾਕਾਬੰਦੀ ਕਰਕੇ ਉੱਥੋਂ 3 ਮੁਲਜ਼ਮਾਂ ਨੂੰ 2 ਦਾਤਰਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਇਨ੍ਹਾਂ ਪਾਸੋਂ 6 ਮੋਟਰਸਾਈਕਲ, 26 ਮੋਬਾਈਲ ਫੋਨ, 1 ਜੋੜੀ ਵਾਲੀਆਂ ਅਤੇ 2 ਦਾਤਰ ਬਰਾਮਦ ਕੀਤੇ ਗਏ ਨੇ। ਪੁਲਿਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਲੰਧਰ ਰੂਰਲ ਪੁਲਿਸ ਵੱਲੋਂ ਇੱਕ ਸਨੈਚਰ ਗੈਂਗ ਜਿਹੜਾ ਬਸਟ ਕੀਤਾ ਗਿਆ। ਟੋਟਲ ਰਿਕਵਰੀ ਜਿਹੜੀ ਹੈ ਉਹ 6 ਮੋਟਰਸਾਈਕਲ ਅਤੇ 27 ਮੋਬਾਈਲ ਫੋਨਸ ਅਤੇ 2 ਵੈਪਨਸ, ਇੱਕ ਦਾਤ ਹੈ, ਇੱਕ ਵੱਡੀ ਨਾਈਫ ਹੈ ਜਿਹਨਾਂ ਕਿ ਵਿਕਟਮ ਨੂੰ ਡਰਾ ਕੇ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਏਰੀਆ ਆਫ ਓਪਰੇਸ਼ਨ ਇਸ ਜਿਹੜਾ ਗੈਂਗ ਹੈ ਉਹਦਾ ਸੀਗਾ ਜਲੰਧਰ ਰੂਰਲ, ਕਮਿਸ਼ਨਰੇਟ ਜਲੰਧਰ ਔਰ ਜਿਹੜਾ ਕਪੂਰਥਲਾ ਡਿਸਟ੍ਰਿਕਟ।